ਸਤਿ ਸ਼੍ਰੀ ਅਕਾਲ ਦੋਸਤੋ, ਮੋਡੀਫਾਈਡ ਕਲੱਬ ਦੀ ਇੱਕ ਨਵੀਂ ਵੀਡੀਓ ਆ ਗਈ ਅਤੇ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ 2022 ਬ੍ਰੇਜ਼ਾ ਨੂੰ ਕਿੱਦਾਂ ਮੋਡੀਫਾਈ ਕੀਤਾ ਜਾ ਸਕਦਾ। ਮੇਰੇ ਖਿਆਲ 'ਚ ਇੰਸਟਾਗ੍ਰਾਮ 'ਤੇ ਤਾਂ ਗਾਹ ਪਾਤਾ ਹੈ ਇਸ ਗੱਡੀ ਨੇ, ਤੁਸੀਂ ਕਾਫੀ ਵਾਇਰਲ ਵੀਡੀਓਸ ਇਹਦੀਆਂ ਗੱਡੀ ਦੀਆਂ ਦੇਖੀਆਂ ਹੋਣਗੀਆਂ, ਬਟ ਅੱਜ ਦੱਸਾਂਗੇ ਤੁਹਾਨੂੰ ਪੂਰੀ ਡਿਟੇਲ, ਇਕੱਲੀ ਇਕੱਲੀ ਚੀਜ਼ ਦੱਸਾਂਗੇ ਕਿਉਂਕਿ ਅੱਜ ਬ੍ਰੇਜ਼ਾ ਨਹੀਂ, ਬ੍ਰੇਜ਼ਾ ਘੱਟ ਅਤੇ ਰੇਂਜ ਰੋਵਰ ਜ਼ਿਆਦਾ, ਇਹ ਮੈਂ ਕਹਿ ਸਕਦਾ ਗੱਡੀ ਬਾਰੇ। ਭਾਜੀ ਸਭ ਤੋਂ ਪਹਿਲੇ ਤਾਂ ਤੁਹਾਡੀ ਚੁਆਇਸ, ਜਿਸ ਹਿਸਾਬ ਨਾਲ ਤੁਸੀਂ ਇਹਨੂੰ ਮੋਡੀਫਾਈ ਕੀਤਾ ਹੈ, ਬਹੁਤ ਵਧੀਆ, ਮਜ਼ਾ ਆ ਗਿਆ ਗੱਡੀ ਦੇਖ ਕੇ। ਔਰ ਸੀਰੀਅਸਲੀ ਜਿੱਥੋਂ ਵੀ ਗੱਡੀ ਨਿਕਲਦੀ ਹੋਣੀ, ਮੈਨੂੰ ਲੱਗਦਾ ਭਾਜੀ ਹਰ ਬੰਦਾ ਰੋਕ ਕੇ ਪੁੱਛਦਾ ਹੋਣਾ ਕਿ ਇਹ ਬ੍ਰੇਜ਼ਾ ਹੀ ਹੈ। ਹਾਂਜੀ ਹਾਂਜੀ, ਪੁੱਛਦੇ। ਔਰ ਇਸ ਤੋਂ ਸੋਹਣੀ ਬ੍ਰੇਜ਼ਾ ਮੈਨੂੰ ਲੱਗਦਾ ਹੈ ਕਿ ਇੰਡੀਆ 'ਚ ਤਿਆਰ ਨਹੀਂ ਹੋਈ ਹੋਏਗੀ, ਕੋਈ ਵੀ ਮੋਡੀਫਾਈ ਨਹੀਂ ਹੋਈ ਹੋਊਗੀ ਜਿੰਨੀ ਸੋਹਣੀ ਇਹ ਮੋਡੀਫਾਈ ਹੋਈ ਹੈ। ਹਾਂਜੀ ਹਾਂਜੀ। ਭਾਜੀ ਜੇ ਮੈਂ ਖਰਚੇ ਦੀ ਗੱਲ ਕਰਾਂ, ਟੋਟਲ ਕਿੰਨਾ ਖਰਚਾ ਹੋ ਗਿਆ ਗੱਡੀ 'ਤੇ ਹੁਣ ਤੱਕ ਪੂਰੀ ਮੋਡੀਫਾਈ ਕਰਨ 'ਚ? ਦੋ ਲੱਖ ਰੁਪਏ ਦੇ ਕਰੀਬ ਗੱਡੀ ਦੇ ਉੱਪਰ ਮੋਡੀਫਿਕੇਸ਼ਨ ਹੋ ਚੁੱਕੀ ਹੈ। ਔਰ ਬ੍ਰੇਜ਼ਾ ਨੂੰ ਰੇਂਜ ਰੋਵਰ ਦੀ ਲੁੱਕ ਦੇ ਦਿੱਤੀ ਗਈ ਹੈ, ਜਿੰਨਾ ਸੋਹਣਾ ਗੱਡੀ ਨੂੰ ਬਾਹਰੋਂ ਤਿਆਰ ਕੀਤਾ ਗਿਆ ਉਤੋਂ ਕਿਤੇ ਜ਼ਿਆਦਾ ਸੋਹਣਾ ਇੰਟੀਰੀਅਰ ਵੀ ਤਿਆਰ ਹੈ। ਅਤੇ 10 ਸੈਕਿੰਡ ਲਈ ਵੀ ਵੀਡੀਓ ਨੂੰ ਸਕਿੱਪ ਨਾ ਕਰੀਓ, ਵੀਡੀਓ ਨੂੰ ਐਂਡ ਤੱਕ ਦੇਖਿਓ, ਪੂਰੀ ਡਿਟੇਲ ਦੱਸਣ ਜਾ ਰਹੇ ਹਾਂ ਗੱਡੀ ਦੀ। ਸਟਾਰਟ ਕਰਦੇ ਹਾਂ ਸਭ ਤੋਂ ਪਹਿਲੇ ਫਰੰਟ ਸਾਈਡ 'ਤੇ, ਅਤੇ ਫਰੰਟ ਸਾਈਡ ਤੋਂ ਭਾਅ ਜੀ ਜੇ ਮੈਂ ਗੱਲ ਕਰਾਂ ਲੈਂਡ ਰੋਵਰ, ਜਿਹੜੀ ਗ੍ਰਿਲ ਹੈ ਤੁਸੀਂ ਆਪ ਬਣਾਈ ਹੈ, ਗ੍ਰਿਲ ਥੋੜ੍ਹੀ ਜਿਹੀ ਟੁੱਟ ਚੁੱਕੀ ਹੈ, ਦੁਬਾਰਾ ਹੁਣ ਨਵੀਂ ਬੰਨੀ ਦਿੱਤੀ ਹੈ ਭਾਜੀ ਨੇ, ਨਵੀਂ ਬਣੇਗੀ, ਪੂਰੀ ਨਵੀਂ ਬਣ ਕੇ ਆਏਗੀ। ਇਹ ਸਰੀ ਜਿਹੜੀ ਮੇਕਿੰਗ ਹੈ ਇਹ ਆਪ ਕੀਤੀ ਹੈ ਭਾਜੀ ਨੇ, ਇਹ ਨਹੀਂ ਕਿ ਕੋਈ ਬਣੀ ਬਣਾਈ ਕੰਪਨੀ ਆਉਂਦੀ ਹੈ ਨਾ, ਤੁਹਾਨੂੰ ਆਫਟਰ ਮਾਰਕੀਟ ਮਿਲ ਜਾਏਗੀ। ਮੋਡੀਫਿਕੇਸ਼ਨ ਦਾ ਸ਼ੌਂਕ ਭਾਜੀ ਖੁਦ ਰੱਖਦੇ ਆ, ਤਾਂ ਇਹਨਾਂ ਨੇ ਆਪਣੇ ਹੱਥਾਂ ਨਾਲ ਇਹਨੂੰ ਤਿਆਰ ਕਰਵਾਇਆ, ਅਤੇ ਇੱਕ ਰੇਂਜ ਰੋਵਰ ਵਾਲੀ ਗ੍ਰਿਲ ਜਿਹੜੀ ਆ ਉਹ ਫਰੰਟ ਸਾਈਡ 'ਤੇ ਲੱਗ ਗਈ, ਇਹ ਟੁੱਟ ਗਈ ਹੈ, ਪਲੀਜ਼ ਮਾਈਂਡ ਨਾ ਕਰੀਓ, ਇਹ ਨਵੀਂ ਕੱਲ੍ਹ ਹੀ ਲੱਗ ਜਾਣੀ ਹੈ। ਉਸ ਤੋਂ ਬਾਅਦ ਇਹ ਤੁਸੀਂ ਦੇਖ ਸਕਦੇ ਹੋ ਜੀ ਲੈਟਰਸ, ਜਿਹੜੇ ਰੇਂਜ ਰੋਵਰ ਇਹਨੇ ਬਣਾਈ ਹੈ ਫਰੰਟ ਸਾਈਡ ਤੋਂ, ਲੁੱਕ ਜ਼ਬਰਦਸਤ, ਇੱਕ ਗ੍ਰਿਲ ਅਤੇ ਇੱਕ ਰੇਂਜ ਰੋਵਰ ਲਿਖਾਏ ਨੇ। ਭਾਅ ਜੀ ਕੋਈ ਗੈਸ ਹੀ ਨਹੀਂ ਕਰ ਸਕਦਾ ਫਰੰਟ ਸਾਈਡ ਤੋਂ ਕਿ ਇਹ ਰੇਂਜ ਰੋਵਰ ਨਹੀਂ ਹੈ, ਹੈ ਨਾ ਭਾਜੀ? ਦੇਖਦੇ ਆ ਭਾਜੀ ਇਸ, ਬਿਲਕੁਲ ਇਸ ਗੱਡੀ 'ਚ ਇੰਨੇ ਛੋਟੇ ਛੋਟੇ ਔਰ ਬਰੀਕ ਕੰਮ ਹੈ ਜਿਹੜੇ ਭਰਾ ਨੇ ਨਾ, ਪੂਰਾ ਗਾਹ ਪਾਤਾ ਐਂਡ ਕਰਤੀ ਹੈ, ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਉਹ ਤੁਸੀਂ ਚੈੱਕ ਕਰ ਸਕਦੇ ਹੋ। ਇੱਕ ਹੈ ਦੇਖੋ ਜੀ DRL ਲਾਈਟ ਭਾਅ ਜੀ ਨੇ, ਇਹ ਵੀ ਜਿਹੜੀ ਐਕਸਟੈਂਡਡ ਆਪ ਲਗਵਾਈ ਹੈ, ਇਹ ਕੰਪਨੀ ਨਾਲ ਜਾਂ ਆਫਟਰ ਮਾਰਕੀਟ ਇੱਦਾਂ ਦਾ ਕੁਛ ਨਹੀਂ ਆਉਂਦਾ, ਇਹ ਭਾਅ ਜੀ ਨੇ ਆਪਣਾ ਇੱਕ ਮੋਡੀਫਿਕੇਸ਼ਨ ਦਾ ਸ਼ੌਂਕ ਰੱਖਿਆ ਜਿਹਨੂੰ ਇਹ ਲਗਵਾਈ ਹੈ, ਅਤੇ ਦੋਨਾਂ ਸਾਈਡਾਂ 'ਤੇ ਤੁਸੀਂ ਚੈੱਕ ਕਰ ਸਕਦੇ ਹੋ, ਜ਼ਬਰਦਸਤ ਹੈ। ਔਰ ਭਾਅ ਜੀ ਜਿਹੜੇ ਫੋਗ ਲੈਂਪਸ ਨੇ ਇਹਨਾਂ ਵਿੱਚ LED, ਹਾਂਜੀ ਭਾਅ, ਇਹਨਾਂ 'ਚ ਲੱਗੀ ਹੈ LED। ਹੁਣ ਇੱਕ ਕੰਮ ਹੈ ਕਿ ਫਰੰਟ ਸਾਈਡ ਤੋਂ ਐ ਮੈਂ ਸਾਈਡ 'ਤੇ ਹਟਦਾ, ਤਾਂ ਤੁਸੀਂ ਚੈੱਕ ਕਰੋ ਜ਼ਰਾ ਗੱਡੀ ਫਰੰਟ ਸਾਈਡ ਤੋਂ, ਅਤੇ ਕਮੈਂਟ ਕਰਕੇ ਇੱਕ ਮੈਨੂੰ ਜ਼ਰੂਰ ਦੱਸਿਓ ਕਿ ਕਿਸੇ ਵੀ ਐਂਗਲ ਤੋਂ ਬ੍ਰੇਜ਼ਾ ਲੱਗ ਰਹੀ ਹੈ, ਇਹ ਮਰੂਤੀ ਦੀ ਗੱਡੀ ਨਹੀਂ ਲੱਗ ਰਹੀ, ਇਹ ਗੱਡੀ ਲੱਗ ਰਹੀ ਭਾਅ ਜੀ ਵਾਕਈ ਰੇਂਜ ਰੋਵਰ। ਪਰ ਇਹ ਕਿੱਦਾਂ ਦਿਮਾਗ 'ਚ ਆਇਆ, ਮਤਲਬ ਬ੍ਰੇਜ਼ਾ ਲੈ ਕੇ ਤੁਸੀਂ ਇਹਨੂੰ ਇੱਦਾਂ ਹੀ ਮੋਡੀਫਾਈ ਕਰਕੇ 2 ਲੱਖ ਉੱਤੇ ਲਾ ਕੇ ਇਹਨੂੰ ਰੇਂਜ ਰੋਵਰ ਬਣਾਤਾ, ਮਤਲਬ ਇਹ ਕਿੱਦਾਂ ਦਿਮਾਗ 'ਚ ਆਇਆ? ਵੈਸੇ ਭਾਅ ਜੀ ਉਹਦੀ ਈ-ਬੁੱਕ ਦੀ ਕਾਪੀ ਬਣਾਈ ਹੋ ਭਾਅ ਜੀ, ਕਿਆ ਬਾਤ ਹੈ ਯਾਰ, ਮਤਲਬ ਗੱਡੀ ਲੈਣ ਲੱਗੇ ਸੋਚ ਲਿਆ ਸੀ ਕਿ ਇਹਨੂੰ ਇੱਦਾਂ ਬਣਾਉਣਾ, ਤਿਆਰ ਕਰਾਉਣਾ। ਹਾਂਜੀ, ਕਿਆ ਬਾਤ ਹੈ ਯਾਰ, ਬਹੁਤ ਵਧੀਆ ਭਾਅ ਜੀ। ਇਹਨਾਂ ਦੀ ਪਹਿਲਾਂ ਵੀ ਆਪਾਂ ਇੱਕ ਸਵਿਫਟ ਸ਼ੂਟ ਕਰ ਚੁੱਕੇ ਜਿਹੜੀ ਮਿੰਨੀ ਕੂਪਰ ਬਣਾਤੀ ਸੀ, ਪਰ ਇਹ ਕਿੱਦਾਂ ਕਿੱਦਾਂ ਸੋਚ ਕਿੱਦਾਂ ਲਿਆਉਂਦੇ ਹੋ ਕਿ ਮਤਲਬ ਸਵਿਫਟ ਲਿੱਤੀ ਤੇ ਉਹਨੂੰ ਮਿੰਨੀ ਕੂਪਰ ਦੀ ਸ਼ੇਪ ਦੇ ਦਿੱਤੀ, ਜੇ ਬ੍ਰੇਜ਼ਾ ਲਿੱਤੀ ਤੇ ਇਹਨੂੰ ਤੁਸੀਂ ਆਪਣਾ ਰੇਂਜ ਰੋਵਰ 'ਚ ਕਨਵਰਟ ਕਰਤਾ, ਕਿਆ ਬਾਤ ਹੈ ਯਾਰ। ਤੇ ਵਾਕਈ ਯਾਰ ਜੇ ਤੁਸੀਂ ਮੋਡੀਫਿਕੇਸ਼ਨ ਲਵਰਸ ਹੋ ਤੇ ਮੋਡੀਫਾਈਡ ਗੱਡੀਆਂ ਦੇਖਦੇ ਹੋ ਨਾ, ਤੇ ਇਸ ਤੋਂ ਬੈਸਟ ਬ੍ਰੇਜ਼ਾ ਮੇਰੇ ਖਿਆਲ 'ਚ ਓਨਲੀ ਵਨ ਇੰਡੀਆ ਹੈ, ਇਸ ਤੋਂ ਬੈਸਟ ਬ੍ਰੇਜ਼ਾ ਨਹੀਂ ਦੇਖੀ ਮੈਂ। ਤੇ ਅੱਗੇ ਵਧਦੇ ਹਾਂ ਆਪਾਂ, ਕੰਟੀਨਿਊ ਕਰਦੇ ਹਾਂ ਗੱਲ ਨੂੰ, ਥੋੜ੍ਹਾ ਜਿਹਾ ਇਸ ਸਾਈਡ ਆਉਂਦੇ ਹਾਂ, ਇਹਨੂੰ ਗੱਡੀ ਨੂੰ ਜਿਹੜੇ ਚਾਰ ਚੰਨ ਲਾਉਂਦੀ ਹੈ, ਨੈਕਸਟ ਚੀਜ਼ ਜਿਹੜੀ ਮੋਸਟ ਅਟਰੈਕਟਿਵ ਚੀਜ਼ ਮੈਂ ਗੱਲ ਕਰ ਸਕਦਾ, ਉਹ ਹੈਗੀ ਜੀ ਇਹਦੇ 18 ਇੰਚ ਦੇ ਅਲੋਏ ਟਾਇਰ। ਅਲੋਏ ਟਾਇਰ ਤੁਸੀਂ ਦੇਖ ਸਕਦੇ ਹੋ 2 45 45 R18 ਦੇ ਨੂੰ ਟਾਇਰ ਯੂਜ਼ ਕੀਤੇ ਗਏ ਆ, ਪਰਫੈਕਟ ਪ੍ਰੋਫਾਈਲ ਹੈ ਜਿਹੜੀ ਕਿ ਬ੍ਰੇਜ਼ਾ ਨੂੰ ਸੂਟ ਕਰਦੀ ਹੈ, ਨਾ ਤਾਂ ਇਸ ਤੋਂ ਘੱਟ ਪ੍ਰੋਫਾਈਲ ਆਪਾਂ ਪਾ ਸਕਦੇ ਹਾਂ ਟਾਇਰ ਦੀ, ਨਾ ਇਸ ਤੋਂ ਜ਼ਿਆਦਾ, ਜ਼ਿਆਦਾ ਪਾਵਾਂਗੇ ਤਾਂ ਗੱਡੀ ਬੰਪਰ ਨਾਲ ਟੱਚ ਕਰੂਗੀ, ਔਰ ਜੇ ਇਹ ਤੋਂ ਘੱਟ ਪਾਵਾਂਗੇ ਤਾਂ ਟਾਇਰ ਫਟਣ ਦਾ ਡਰ ਵੀ ਰਹਿੰਦਾ। ਅਤੇ ਗੱਡੀ ਹੈ ਯਾਰ ਚਲਾਉਣ ਦਾ ਸ਼ੌਂਕ ਵੀ ਹੈ, 125 ਦੇ ਅੱਜ ਕੱਲ੍ਹ ਰੋਡਸ ਹੀ ਬਹੁਤ ਵਧੀਆ ਨੇ ਅਤੇ ਭੱਜਦੀਆਂ ਗੱਡੀਆਂ, ਅਤੇ ਇਹ ਚੈੱਕ ਕਰ ਸਕਦੇ ਹੋ ਤੁਸੀਂ, ਡਾਇਮੰਡ ਕੱਟ ਅਲੋਏ ਹੈ, ਬਹੁਤ ਹੀ ਸੋਹਣੇ ਵਾਲੇ, ਅਤੇ ਡਿਊਲ ਕਲਰ ਹੈ ਇਸ ਕਰਕੇ ਇਹਨੂੰ ਡਾਇਮੰਡ ਕੱਟ ਕਿਹਾ ਜਾਂਦਾ, ਉੱਪਰਲਾ ਜਿਹੜਾ ਵਰਕ ਹੈ ਉਹ ਸਾਰਾ ਮਸ਼ੀਨਡ ਹੈ ਅਤੇ ਬਲੈਕ ਫਿਨਿਸ਼ ਹੈ। ਜੇ ਮੈਂ ਗੱਲ ਕਰਾਂ ਅਲੋਏ ਹੈ ਟਾਇਰ ਦੀ, ਭਾਵੇਂ ਚਾਈਨੀਜ਼ ਨੇ ਬਟ ਕੁਆਲਿਟੀ ਬਹੁਤ ਅੱਛੀ ਹੈ, ਅਤੇ ਇਹ ਕੰਮ ਸਾਰਾ ਹੋਇਆ ਸਾਡੇ ਟਾਇਰ ਵਰਲਡ ਜਲੰਧਰ ਤੋਂ ਭਾਅ ਜੀ, ਮੰਗੇ ਭਾਅ ਜੀ ਤੋਂ ਕੰਮ ਹੋਇਆ, ਉਹਨਾਂ ਦਾ ਨੰਬਰ ਜਿਹੜਾ ਮੈਂ ਫਲੈਸ਼ ਹੋ ਰਿਹਾ ਹੋਏਗਾ, ਤੁਸੀਂ ਕਾਲ ਕਰ ਸਕਦੇ ਹੋ, ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਭਾਅ ਜੀ ਕਿੱਦਾਂ ਦਾ ਲੱਗਦਾ ਕੰਮ ਭਾਅ ਜੀ ਦਾ? ਵਧੀਆ ਭਾਅ ਜੀ। ਅਤੇ ਇੱਕ ਚੀਜ਼ ਮੈਂ ਭਾਅ ਜੀ ਹੋਰ ਥੋੜ੍ਹੀ ਜਿਹੀ ਗੱਲ ਕਰਨਾ ਚਾਹੁੰਦਾ, ਇਹਨੂੰ ਜਿਹੜਾ ਬਾਏ ਡਿਫਾਲਟ ਜਿਹੜਾ ਕੰਪਨੀ ਵੱਲੋਂ ਸਾਈਜ਼ ਆਉਂਦਾ 16 ਇੰਚ ਦਾ ਆਉਂਦਾ, 215 60 16, ਅਤੇ 16 ਤੋਂ ਆਪਾਂ 18 ਇੰਚ 2 ਸਾਈਜ਼ ਅਪਗ੍ਰੇਡ ਕੀਤੇ, ਅਤੇ ਗੱਡੀ ਨੂੰ ਚਲਾਉਣ ਦੇ ਵਿੱਚ ਕੋਈ ਫਰਕ ਪੈਂਦਾ? ਮਤਲਬ ਮੇਰੇ ਖਿਆਲ 'ਚ ਤਾਂ ਜ਼ਿਆਦਾ ਕੰਫਰਟੇਬਲ ਚਲਦੀ ਹੋਊਗੀ ਕਿਉਂਕਿ ਚੌੜਾ ਹੋ ਗਿਆ ਟਾਇਰ ਕਾਫੀ, ਹਾਂ ਜੇ ਇਫੈਕਟ ਪੈਂਦਾ ਹੋਊਗਾ ਕਿਤੇ ਤਾਂ ਉਹ ਸ਼ਾਇਦ ਐਵਰੇਜ 'ਤੇ ਥੋੜ੍ਹਾ ਜਿਹਾ, ਹਾਂਜੀ ਮਾੜਾ ਮੋਟਾ ਹੈਗਾ ਭਾਅ ਜੀ, 2-3 ਕਿਲੋਮੀਟਰ ਦਾ ਜ਼ਰੂਰ ਐਵਰੇਜ ਦਾ ਜਿਹੜਾ ਇਫੈਕਟ ਹੈ ਉਹ ਤੁਹਾਨੂੰ। ਇਹ ਕੀ ਕਹਿੰਦੇ ਆ ਕਿ ਜਦੋਂ ਕਿਸੇ ਚੀਜ਼ ਨੂੰ ਸ਼ੌਂਕ ਪੂਰਾ ਕਰਨਾ ਹੋਵੇ ਨਾ, ਫਿਰ ਕਿਸੇ ਨਾ ਕਿਸੇ
ਇਸ ਗੱਡੀ ਨੂੰ ਚਾਰ ਚੰਨ ਹੋਰ ਲਾਉਂਦੀ ਹੈ ਜਿਹੜੀ ਇੱਕ ਇਹਦੀ ਛੱਤ ਦੇਖੋ ਤੁਸੀਂ ਟ੍ਰਿਪਲ ਲੇਅਰ ਦੇ ਵਿੱਚ ਜਿਹੜੀ ਟੇਪਿੰਗ ਹੈ ਉਹ ਪੂਰੀ ਕੀਤੀ ਗਈ ਹੈ ਛੱਤ ਵੀ ਪੂਰੀ ਬਲੈਕ ਕਰ ਦਿੱਤੀ ਗਈ ਕਿ ਕੋਈ ਵੀ ਪਾਰਟ ਇੱਦਾਂ ਦਾ ਨਾ ਰਹਿ ਜੇ ਜਿਹੜਾ ਤੁਹਾਨੂੰ ਲੱਗੇ ਕਿ ਨਹੀਂ ਮੋਡੀਫਾਈ ਹੋਇਆ ਦਾ ਇੱਕ ਇੱਕ ਘੈਂਟ ਕੰਮ ਇਸ ਤੋਂ ਅੱਗੇ ਗੱਲ ਨੂੰ ਕੰਟੀਨਿਊ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਰੇਂਜ ਰੋਵਰ ਬੈਕ ਸਾਈਡ 'ਤੇ ਵੀ ਲਿਖਾਇਆ ਗਿਆ ਕੋਈ ਵੀ ਜਿਹੜਾ ਇੱਥੇ ਸਟਿੱਕਰ ਹੈ ਉਹ ਸੁਜ਼ੂਕੀ ਦਾ ਮਰੂਤੀ ਦਾ ਨਹੀਂ ਲੱਗਾ ਇਹ ਗੱਡੀ ਪੂਰੀ ਲੈਂਡ ਰੋਵਰ ਬਣਾ ਦਿੱਤੀ ਗਈ ਐਵੋਕ ਤੁਸੀਂ ਦੇਖ ਸਕਦੇ ਹੋ ਮਤਲਬ ਯਾਰ ਬੈਕ ਸਾਈਡ ਤੋਂ ਦੇਖ ਲਓ ਫਰੰਟ ਤੋਂ ਦੇਖ ਲਓ ਛੱਤ ਤੋਂ ਦੇਖ ਲਓ ਇਹ ਸਾਈਡ ਤੋਂ ਦੇਖ ਲਓ ਗੱਡੀ ਪੂਰੀ ਰੇਂਜ ਰੋਵਰ ਹੈ ਕਿਉਂ ਭਾਜੀ ਅਤੇ ਗੱਡੀ ਜੇ ਪਸੰਦ ਆਈ ਹੈ ਨਾ ਤਾਂ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿਉਂਕਿ ਤੁਹਾਡੇ ਕਮੈਂਟ ਦੀ ਵੇਟ ਰਹਿੰਦੀ ਹੈ ਔਰ ਇਸ ਤੋਂ ਵਧੀਆ ਬਰੇਜ਼ਾ ਜੇ ਤੁਹਾਡੇ ਕੋਲ ਹੈਗੀ ਹੈ ਤਾਂ ਮੈਨੂੰ ਵੀ ਕਮੈਂਟ ਕਰੀਓ ਕਿਹਦੇ ਕੋਲ ਆਪਾਂ ਵੀ ਵੀਡੀਓ ਜ਼ਰੂਰ ਬਣਾਵਾਂਗੇ ਭਾਜੀ ਇੱਕ ਕੰਮ ਇਹਦੇ 'ਚ ਹੋਰ ਹੋਇਆ ਐਗਜ਼ੋਸਟ ਦਾ ਆਪਾਂ ਗੱਡੀ ਸਟਾਰਟ ਕਰੀਏ ਜ਼ਰਾ ਇਹਦੇ 'ਚ ਐਗਜ਼ੋਸਟ ਵੀ ਲੱਗਿਆ ਆਪਾਂ ਐਗਜ਼ੋਸਟ ਦੀ ਆਵਾਜ਼ ਵੀ ਸੁਣਦੇ ਹਾਂ ਕਿ ਵਾਕਈ ਐਗਜ਼ੋਸਟ ਕਿੰਨਾ ਕੁ ਵਰਕ ਕਰਦਾ ਔਰ ਕਿੰਨਾ ਕੁ ਵਧੀਆ ਹੈ ਪੈਟਰੋਲ ਦੀਆਂ ਗੱਡੀਆਂ 'ਤੇ ਐਗਜ਼ੋਸਟ ਜਿਹੜਾ ਉਹ ਕਾਫੀ ਅੱਛਾ ਵਰਕ ਕਰਦਾ ਸ਼ਾਇਦ ਉਹ ਬਣਿਆ ਹੀ ਪੈਟਰੋਲ ਦੀਆਂ ਗੱਡੀਆਂ ਵਾਸਤੇ ਹੈ ਅਤੇ ਗੱਡੀ ਸਟਾਰਟ ਹੁੰਦੀ ਹੈ ਅਤੇ ਆਪਾਂ ਤੁਹਾਨੂੰ ਐਗਜ਼ੋਸਟ ਦੀ ਆਵਾਜ਼ ਵੀ ਸੁਣਾਉਂਦੇ ਹਾਂ ਅਤੇ ਰਿਮੋਟ ਵਾਲਾ ਹੀ ਹੈ ਐਗਜ਼ੋਸਟ ਭਾਅ ਜੀ ਬਹੁਤ ਵਧੀਆ ਭਾਅ ਜੀ ਅਤੇ ਗੱਡੀ ਸਟਾਰਟ ਹੋ ਚੁੱਕੀ ਹੈ ਭਾਅ ਜੀ ਰੇਸ ਦਿਓ ਥੋੜ੍ਹੀ ਜੀ ਅਤੇ ਆਓ ਮੈਂ ਤੁਹਾਨੂੰ ਇਹਦਾ ਰਿਮੋਟ ਵੀ ਦਿਖਾਉਂਦਾ ਭਾਅ ਜੀ ਇੱਕ ਵਾਰੀ ਰਿਮੋਟ ਵੀ ਪਲੀਜ਼ ਦਿਖਾਈਓ ਜ਼ਰਾ ਐਗਜ਼ੋਸਟ ਦਾ ਲਓ ਜੀ ਇਹ ਰਿਮੋਟ ਹੈ ਐਗਜ਼ੋਸਟ ਦਾ ਤੁਸੀਂ ਔਫ ਕਰਨਾ ਚਾਹੁੰਦੇ ਹੋ ਔਫ ਕਰ ਸਕਦੇ ਹੋ ਔਨ ਕਰਨਾ ਚਾਹੁੰਦੇ ਹੋ ਔਨ ਕਰ ਸਕਦੇ ਹੋ ਆਟੋ ਕਰਨਾ ਚਾਹੁੰਦੇ ਤਾਂ ਆਟੋ ਵੀ ਕਰ ਸਕਦੇ ਹੋ ਹਾਂਜੀ ਭਾਅ ਜੀ ਭਾਅ ਜੀ ਇਹ ਕੰਮ ਕਿੱਥੋਂ ਕਰਾਇਆ ਐਗਜ਼ੋਸਟ ਦਾ ਸਾਰਾ ਜੀ ਭਾਅ ਜੀ ਦਿੱਲੀ ਤੋਂ ਦਿੱਲੀ ਸਲੈਂਸਰ ਹਾਊਸ ਹਾਂਜੀ ਅਤੇ ਬਹੁਤ ਵੈਲ ਨੋਨ ਬ੍ਰਾਂਡ ਹੈ ਸਲੈਂਸਰ ਹਾਊਸ ਉੱਥੋਂ ਹੀ ਸਾਰਾ ਕੰਮ ਹੋਇਆ ਅਤੇ ਆਓ ਭਾਅ ਜੀ ਇੱਕ ਵਾਰ ਆਪਾਂ ਇੰਟੀਰੀਅਰ ਵੀ ਦਿਖਾ ਦਈਏ ਆਪਣੇ ਦੋਸਤਾਂ ਨੂੰ ਅਤੇ ਤੁਸੀਂ ਸਭ ਤੋਂ ਪਹਿਲੇ ਦੇਖਦੇ ਹੋ ਹੁਣ ਆਪਾਂ ਇੰਟੀਰੀਅਰ ਵਾਲੇ ਪਾਸੇ ਚੱਲੇ ਹਾਂ ਇੰਟੀਰੀਅਰ 'ਚ ਜਾਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਰੇਂਜ ਰੋਵਰ ਜ਼ਬਰਦਸਤ ਉਸ ਤੋਂ ਬਾਅਦ ਜਿਹੜਾ ਇੰਟੀਰੀਅਰ ਸਾਰਾ ਤਿਆਰ ਕੀਤਾ ਗਿਆ ਨਾ ਉਹ ਬੇਜ ਦੇ ਵਿੱਚ ਤਿਆਰ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਬੇਜ ਕਲਰ ਹੈ ਇਹ ਸਾਰਾ ਲੈਦਰ ਵਰਕ ਹੋਇਆ ਕੋਈ ਪੇਂਟ ਕੰਮ ਨਹੀਂ ਹੋਇਆ ਔਰ ਲੈਦਰ ਦੀਆਂ ਜਿਹੜੀਆਂ ਤੁਸੀਂ ਕੰਮ ਦੇਖ ਸਕਦੇ ਹੋ ਜਿਹੜੀ ਸਿਲਾਈਆਂ ਕੀਤੀਆਂ ਗਈਆਂ ਨੇ ਬਿਲਕੁਲ ਪਰਫੈਕਟ ਪਾਰਟਸ ਇੱਦਾਂ ਜੁੜੇ ਗਏ ਕਿ ਜਿੱਦਾਂ ਬਾਈ ਡਿਫਾਲਟ ਕੰਪਨੀ ਦੇ ਨਾਲ ਹੀ ਆਉਂਦੇ ਆ ਇਹ ਸਿਰਫ ਇੱਥੇ ਹੀ ਨਹੀਂ ਕੀਤਾ ਗਿਆ ਇਹ ਡੈਸ਼ਬੋਰਡ 'ਤੇ ਵੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਹ ਡੈਸ਼ਬੋਰਡ 'ਤੇ ਜਿਹੜਾ ਵਰਕ ਹੈ ਇਹ ਸਾਰਾ ਦਾ ਸਾਰਾ ਵਰਕ ਜਿਹੜਾ ਵਾ ਉਹ ਸਾਰਾ ਲੈਦਰ ਦੇ ਵਿੱਚ ਹੈ ਇਹ ਨਹੀਂ ਹੈ ਕਿ ਕੋਈ ਇੱਥੇ ਪੇਂਟ ਵਰਕ ਕੀਤਾ ਗਿਆ ਅਤੇ ਜਾਂ ਡੈਸ਼ਬੋਰਡ ਨੂੰ ਖਰਾਬ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਸਾਈਡ ਪੈਨਲਸ ਵੀ ਦੇਖ ਸਕਦੇ ਹੋ ਇਹ ਵੀ ਸਾਰਾ ਲੈਦਰ ਵਰਕ ਹੈ ਔਰ ਸਟੀਅਰਿੰਗ ਦੀ ਫਿਟਮੈਂਟ ਦੇਖੋ ਜਿਹੜੀ ਸਟੀਅਰਿੰਗ ਕਵਰ ਦੀ ਦੇਸੀ ਸੀਟ ਜਿਹੜੇ ਸਟੀਅਰਿੰਗ ਕਵਰ ਨੇ ਤੁਸੀਂ ਬਹੁਤ ਸਾਰੇ ਦੇਖੇ ਹੋਣਗੇ ਪਰ ਇਹਦੀ ਐਗਜੈਕਟ ਫਿਟਿੰਗ ਦੇ ਨਾਲ ਜਿੱਦਾਂ ਬਾਈ ਡਿਫਾਲਟ ਕੰਪਨੀ ਨਾਲੋਂ ਆਉਂਦਾ ਬਿਲਕੁਲ ਐਗਜੈਕਟ ਫਿਟਿੰਗ ਦੇ ਨਾਲ ਔਰ ਭਾਅ ਜੀ ਨੇ ਸੈਂਟਰ ਲੋਗੋ ਵੀ ਦੇਖੋ ਕਿਤੇ ਵੀ ਲੋਗੋ ਰਹਿਣ ਨਹੀਂ ਦਿੱਤਾ ਰੇਂਜ ਰੋਵਰ ਭਾਅ ਜੀ ਲੋਗੋ 'ਚ ਵੀ ਰੇਂਜ ਰੋਵਰ ਕਰਾ ਦਿੱਤੀ ਹੈ ਸਟੀਅਰਿੰਗ ਦੇ ਜ਼ਬਰਦਸਤ ਹੈ ਯਾਰ ਅਮੇਜ਼ਿੰਗ ਕੰਮ ਦੇ ਨਾਲ ਹੈ ਸਾਈਡ ਪੈਨਲ ਤੁਸੀਂ ਦੇਖ ਸਕਦੇ ਹੋ ਸਾਰੇ ਔਰ ਐਂਡ ਤੱਕ ਗੱਡੀ ਦਾ ਇੰਟੀਰੀਅਰ ਚੈੱਕ ਕਰੋ ਐਂਡ ਲੇ ਜਿਹੜੇ ਸਾਈਡ ਪੈਨਲਸ ਨੇ ਉਹਨਾਂ ਤੱਕ ਵੀ ਪੂਰਾ ਲੈਦਰ ਵਰਕ ਹੋਇਆ ਬੇਜ ਕਲਰ ਦੇ ਵਿੱਚ ਔਰ ਸੀਟ ਕਵਰ ਦੀ ਕੁਆਲਿਟੀ ਚੈੱਕ ਕਰੋ ਇੱਕ ਨੰਬਰ ਅਤੇ ਬੇਜ ਕਲਰ 'ਚ ਹੀ ਸਾਰਾ ਦਾ ਸਾਰਾ ਸੀਟ ਕਵਰ ਜਿਹੜਾ ਉਹ ਤਿਆਰ ਕੀਤਾ ਗਿਆ ਬਕਟ ਫਿਟਿੰਗ ਦੇ ਨਾਲ ਕੀਤਾ ਗਿਆ ਅਮੇਜ਼ਿੰਗ ਕੰਮ ਹੈ ਅਤੇ ਸਾਰੀ ਇੰਟੀਰੀਅਰ ਜਿਹੜੀ ਸਾਰੀ ਬੇਜ ਕਲਰ ਦੇ ਤਿਆਰ ਹੈ ਅਤੇ 70 ਮੈਟਸ ਜਿਹੜੇ ਲੱਗੇ ਨੇ ਉਹ ਵੀ ਸੇਮ ਕਲਰ ਦੇ ਨਾਲ ਅਤੇ ਇੱਕ ਸਾਈਡ 'ਤੇ ਤੁਹਾਨੂੰ ਮੈਂ ਬੈਕ ਸਾਈਡ ਦਾ ਦਰਵਾਜ਼ਾ ਖੋਲਦਾ ਉੱਥੇ ਵੀ ਜ਼ਰੂਰ ਨਜ਼ਰ ਮਰਵਾਉਣਾ ਇਹ ਚੈੱਕ ਕਰੋ ਜੀ ਡੋਰਸ ਤੋਂ ਲੈ ਕੇ ਸੀਟ ਤੋਂ ਲੈ ਕੇ ਸਾਈਡ ਪੈਨਲਸ ਤੱਕ ਸਾਈਡ ਜਿਹੜੇ ਗੱਤੇ ਨੇ ਉੱਤੇ ਤੱਕ ਵੀ ਪੂਰਾ ਸੇਮ ਕਲਰ ਦੇ ਨਾਲ ਗੱਡੀ ਜਿਹੜੀ ਹੈ ਇੰਟੀਰੀਅਰ ਤਿਆਰ ਕੀਤਾ ਗਿਆ ਅਤੇ ਮਤਲਬ ਗੱਡੀ ਜੇ ਬਾਹਰੋਂ ਜਾਂਦੀ ਹੋਵੇ ਤਾਂ ਵੀ ਨਾ ਲੱਗੇ ਕਿ ਬਰੇਜ਼ਾ ਵੈ ਜੇ ਹਾਂਜੀ ਮਤਲਬ ਅੰਦਰ ਬਹਿ ਜਾਈਏ ਤਾਂ ਵੀ ਨਾ ਲੱਗੇ ਕਿ ਇਹ ਬਰੇਜ਼ਾ ਅਤੇ ਲਗਜ਼ਰੀ ਗੱਡੀ ਹੈ ਪੂਰੀ ਦੀ ਪੂਰੀ ਤਿਆਰ ਹੈ ਯਾਰ ਜ਼ਬਰਦਸਤ ਮਤਲਬ ਇੱਕ ਇੱਕ ਕੰਮ ਜਿਹੜਾ ਇਹਦੇ 'ਚ ਕੀਤਾ ਗਿਆ ਸੋਚ ਸਮਝ ਕੇ ਵਿਚਾਰ ਕੇ ਅਤੇ ਘੈਂਟ ਕੰਮ ਇੱਕ ਉਹੀ ਬੰਦਾ ਕਰ ਸਕਦਾ ਜਿਹੜਾ ਕ੍ਰੀਏਟਿਵ ਹੁੰਦਾ ਥੋੜ੍ਹਾ ਦਿਮਾਗੋਂ ਮਤਲਬ ਕਿ ਹਾਂ ਇੱਕ ਮੋਡੀਫਿਕੇਸ਼ਨ ਜਿਹੜੀ ਕਰਨੀ ਹੈ ਪਰ ਇਹਦੇ 'ਚ ਕੋਈ ਹੋਰ ਕੰਮ ਜਿਹੜਾ ਅਸੀਂ ਮਿਸ ਕਰਦੇ ਹੋਈਏ ਹੋਰ ਤਾਂ ਭਾਅ ਜੀ ਕੁਛ ਨਹੀਂ ਬਸ ਕਿੱਟ ਲੱਗੀ ਇੱਕ CNG ਕਿੱਟ ਭਾਅ ਜੀ ਨੇ ਲਗਵਾਈ ਹੈ ਉਹ ਤੁਸੀਂ ਲਗਵਾ ਸਕਦੇ ਹੋ ਭਾਅ ਜੀ ਇੱਕ ਵਾਰੀ ਉਹ ਵੀ ਆਪਾਂ ਦਿਖਾ ਦਈਏ ਆਓ ਜੀ ਲਓ ਜੀ ਇਹ CNG ਕਿੱਟ ਹੈ ਇਹ ਤੁਸੀਂ ਆਪਣੇ ਯੂਜ਼ ਦੇ ਅਕੋਰਡਿੰਗ ਪੈਟਰੋਲ 'ਤੇ ਚਲਾਉਣਾ ਚਾਹੁੰਦੇ ਹੋ ਜਾਂ CNG 'ਤੇ ਚਲਾਉਣਾ ਚਾਹੁੰਦੇ ਹੋ ਹੈ ਨਾ ਆਪਣੇ ਯੂਜ਼ ਦੇ ਅਕੋਰਡਿੰਗ ਤੁਸੀਂ ਇਹਨੂੰ ਲਗਵਾ ਸਕਦੇ ਹੋ ਅਤੇ ਕੰਮ ਸਾਰਾ ਭਾਅ ਜੀ ਨੇ ਇੱਕ ਲੁੱਕ ਇੱਧਰੋਂ ਵੀ ਦੇਖੀਓ ਜ਼ਰਾ ਇਹ ਚੈੱਕ ਕਰੋ ਕਿੱਡੀ ਜ਼ਬਰਦਸਤ ਕਲਰ ਦੇ ਨਾਲ ਗੱਡੀ ਲੱਗ ਰਹੀ ਹੈ ਹੁਣ ਗੱਡੀ ਫਰੰਟ ਸਾਈਡ ਤੋਂ ਜ਼ਿਆਦਾ ਵਧੀਆ ਲੱਗੀ ਜਾਂ ਬੈਕ ਸਾਈਡ ਤੋਂ ਦੋਨੋਂ ਪ੍ਰੋਫਾਈਲ ਤੁਹਾਨੂੰ ਦਿਖਾਤੀਆਂ ਸਾਈਡ ਤੋਂ ਵਧੀਆ ਲੱਗੀ ਜਾਂ ਇੰਟੀਰੀਅਰ ਤੋਂ ਕਮੈਂਟ ਕਰਕੇ ਤੁਸੀਂ ਦੱਸਣਾ ਅਸੀਂ ਭਾਅ ਜੀ ਆਪਾਂ ਅੱਜ ਕਿੱਥੇ ਖੜ੍ਹੇ ਹਾਂ ਥੋੜ੍ਹਾ ਜਿਹਾ ਆਪਣੇ ਏਰੀਆ ਦਾ ਨਾਮ ਦੱਸੋ ਭਾਅ ਜੀ ਆਪਣਾ ਗੜਸ਼ੰਕਰ ਏਰੀਆ ਸੈਲਾ ਖੁਰ ਦੇ ਨਾਲ ਨਜ਼ਦੀਕ 2 ਕਿਲੋਮੀਟਰ ਦੇ ਪਿੰਡ ਪੱਦੀ ਸੂਰਾ ਸਿੰਘ ਅਤੇ ਆਪਾਂ ਭਾਅ ਜੀ ਦੇ ਕੋਲ ਆਏ ਹਾਂ ਭਾਅ ਜੀ ਕੋਲ ਅਪੁਆਇੰਟਮੈਂਟ ਲੈ ਕੇ ਕਿਉਂਕਿ ਗੱਡੀ ਬਹੁਤ ਸੋਹਣੀ ਤਿਆਰ ਸੀ ਅਤੇ ਮੈਨੂੰ ਲੱਗਾ ਮੈਂ ਆਪਣੇ ਦੋਸਤਾਂ ਕੋਲ ਇਹ ਗੱਡੀ ਸਾਨੂੰ ਜ਼ਰੂਰ ਦਿਖਾਉਣੀ ਚਾਹੀਦੀ ਹੈ ਹਾਂਜੀ ਭਾਅ ਜੀ ਥੈਂਕ ਯੂ ਸੋ ਮਚ ਤੁਸੀਂ ਆਪਣਾ ਟਾਈਮ ਦਿੱਤਾ ਸਾਨੂੰ ਔਰ ਗੱਡੀ ਵਾਕਈ ਠੀਕ ਹੈ ਮਤਲਬ ਮਜ਼ੇਦਾਰ
ਤੇ ਜੇ ਯਾਰ ਤੁਹਾਡੇ ਕੋਲ ਵੀ ਕੋਈ ਇੱਦਾਂ ਦੀ ਮੋਡੀਫਾਈ ਕੀਤੀ ਹੋਈ ਗੱਡੀ ਹੈ ਤਾਂ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰਿਆ ਕਰੋ ਔਰ ਸਾਨੂੰ ਦੱਸਿਆ ਕਰੋ ਕਿ ਯਾਰ ਕਿ ਤੁਹਾਡੇ ਕੋਲ ਗੱਡੀ ਆਪਾਂ ਸ਼ੂਟ ਕਰਨ ਜ਼ਰੂਰ ਪਹੁੰਚਾਂਗੇ ਤੁਹਾਡੇ ਤੱਕ ਜੇ ਤੁਸੀਂ ਸਾਡੇ ਨੀਅਰ ਬਾਈ ਹੋ ਤਾਂ ਤੁਸੀਂ ਵੀ ਸਾਡੇ ਕੋਲ ਆ ਸਕਦੇ ਹੋ ਇੰਸਟਾਗ੍ਰਾਮ 'ਤੇ ਡੀ ਐਮ ਕਰੀਓ ਅਤੇ ਸਾਨੂੰ ਜ਼ਰੂਰ ਦੱਸਿਓ ਜਾਂ ਕਮੈਂਟ ਬਾਕਸ 'ਚ ਜ਼ਰੂਰ ਕਮ੿ੰਟ ਕਰ ਦਿਓ ਅਤੇ ਆਪਣਾ ਨੰਬਰ ਛੱਡ ਦਿਓ ਮੈਂ ਤੁਹਾਨੂੰ ਕਾਲ ਕਰ ਲੂੰਗਾ ਅਤੇ ਪਿਆਰ ਦਿੰਦੇ ਰਹੀਓ ਜਿੱਦਾਂ ਤੁਸੀਂ ਪਿਆਰ ਦੇ ਰਹੇ ਹੋ ਇੱਦਾਂ ਹੀ ਬਹੁਤ ਵਧੀਆ ਲੱਗਦਾ ਰੀਲਸ ਤਾਂ ਜ਼ਰੂਰ ਮਿਲਣਗੀਆਂ ਇੰਸਟਾਗ੍ਰਾਮ ਆਈ ਡੀ ਉੱਥੇ ਜਾ ਕੇ ਜ਼ਰੂਰ ਫੋਲੋ ਕਰੀਓ ਕਿਉਂਕਿ ਇੰਸਟਾਗ੍ਰਾਮ 'ਤੇ ਪਹਿਲਾਂ ਵੀ ਗੱਡੀ ਨੇ ਗਾਹ ਪਾਇਆ ਹਾਂਜੀ ਭਾਅ ਹੁਣ ਦੁਬਾਰਾ ਵੀ ਪਾਊਗੀ ਤੁਹਾਡੇ ਪਿਆਰ ਦੇ ਨਾਲ ਤੁਹਾਡੀ ਸਪੋਰਟ ਦੇ ਨਾਲ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰੀਓ ਗੱਡੀ ਦੀ ਰੀਲਸ ਤੁਹਾਨੂੰ ਉੱਥੇ ਦੇਖਣ ਨੂੰ ਮਿਲਣਗੀਆਂ ਰੇਂਜ ਰੋਵਰ ਦੀਆਂ ਰੀਲਸ ਬਰੇਜ਼ਾ ਨਹੀਂ ਕਹਿਣਾ ਇਹਨੂੰ ਰੇਂਜ ਰੋਵਰ ਅਤੇ ਪਿਆਰ ਦਿੰਦੇ ਰਹੀਓ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ 'ਚ ਥੈਂਕ ਯੂ ਸੋ ਮਚ ਲਵ ਯੂ ਆਲ ਟੇਕ ਕੇਅਰ ਗੁੱਡ ਬਾਏ ਦੋਸਤੋ